हर धर्म जोड़दा, हर धर्म समाज नूं एकता च बंधदा, हर धर्म दिशा दिंदा, हर धर्म प्रेरणा दिंदा और हर धर्म प्यार करना सिखाउंदा। मजहब नहीं सिखाता आपस में बैर रखना, लेकिन सियासत दे विच स्वार्थी लोग, लालची लोग, गैरत जिन्हां दी मरी हुई है, वो लोग सियासत नूं वरतदे है, धर्म की आड़ दे विच लोकां नूं भरमाउंदे है और वोटां की खातर विक जांदे। इस तों बड़ा जघन्य अपराध कोई नहीं। गुरु साहब की बेअदबी हुई, गऊ माता दियां पूंछां सिटियां जांदियां मंदरां च, ये सब नापाक इरादे पंजाब हमेशा हराउंदा आया। पंजाब ना हिंदू ना मुसलमान, पंजाब जीवे गुरुआं दे नाम और गुरुआं दी बाणी सानू प्रेरणा दिंदी है कि मानस की जात सब है एक है पहचान वो दसम पिता ने, नौवीं पातशाही ने जड़े बलिदान दिते है, वो प्रेरणा है कि असी मानवता लई खड़े हैं। वो गुल ही नहीं जिसमें खुशबू नहीं, वो दिल ही नहीं जिसमें उल्फत नहीं, लाख जौहर हो आदमी में एक इंसानियत नहीं तो कुछ भी नहीं। ये इंसानियत मरदी चली जा रही। वेखो मेरी एक गल नूं समझो, जड़ा बंदा परमेश्वर नूं उहदी कुदरत च देखदा है और बाबे नानक दे सरबत दे भले नूं फलसफे नूं, नानक नाम चढ़दी कला तेरे भाणे सरबत दा, उहनूं मंनदा है, उह सब दे भले दे विच अपना भला देखेगा, ਉਹ ਵਿਸ਼ਵ ਦੇ ਕਲਿਆਣ ਦੇ ਵਿੱਚ ਆਪਦਾ ਕਲਿਆਣ ਦੇਖੇਗਾ। ਅਤੇ ਜਿਹੜਾ ਪੰਜਾਬੀ ਹੈ, ਜੇ ਪੰਜਾਬ ਨੂੰ ਪਿਆਰ ਕਰਦਾ ਹੈ, ਅਗਲੀ ਪੀੜ੍ਹੀ ਨੂੰ ਆਪਣੀ ਨਸਲ ਨੂੰ ਬਚਾਉਣ ਦੇ ਲਈ ਇਲੈਕਸ਼ਨ ਲੜੇਗਾ, ਉਹ ਵੀ ਡਟ ਕੇ ਇਹ ਕਹੇਗਾ ਕਿ ਪੰਜਾਬ ਦੇ ਕਲਿਆਣ ਦੇ ਵਿੱਚ ਮੇਰਾ ਕਲਿਆਣ। ਇਸ ਕਰਕੇ ਐਤਕੀ ਵੋਟ ਪੰਜਾਬ ਨੂੰ ਪਾਇਓ, ਧਰਮ ਦੀ ਸਥਾਪਨਾ ਲਈ ਪਾਇਓ, ਮਾਫੀਆ ਹਰਾਉਣ ਲਈ ਪਾਇਓ, ਪਰਚਿਆਂ ਵਾਲੇ ਗੁੰਡੇ ਇਹਨਾਂ ਨੂੰ ਹਰਾਉਣ ਲਈ ਪਾਇਓ, ਅਹੰਕਾਰ ਦੇ ਮਾਰੇ ਲੋਕਾਂ ਨੂੰ ਹਰਾਉਣ ਲਈ ਪਾਇਓ। ਬੇਅਦਬੀ ਮੇਰੇ ਪੰਜਾਬ ਮਾਡਲ 'ਚ ਫਾਸਟ ਟਰੈਕ ਕੋਰਟ ਸੀ, ਜਿਹੜੇ ਅਗਲੇ 3 ਮਹੀਨੇ 3 ਰੋਜ਼ ਹਰ ਰੋਜ਼ ਕੇਸ ਸੁਣ ਕੇ ਇਹਦਾ ਫੈਸਲਾ ਕਰਦੇ, ਐਟਲੀਸਟ ਜ਼ਲੀਲ ਤਾਂ ਕਰਦੇ ਨਾ ਲੋਕਾਂ ਨੂੰ। ਇਸ ਕਰਕੇ ਮੈਂ ਜੋ ਗੱਲ ਕਰਦਾ ਉਹ ਸਰਬੱਤ ਦੇ ਭਲੇ ਦੀ ਗੱਲ ਕਰਦਾ, ਆਪਣੇ ਗੁਰੂ ਦੇ ਫਲਸਫੇ ਦੀ ਗੱਲ ਕਰਦਾ, ਹੱਕ ਹਲਾਲ ਦੀ ਗੱਲ ਕਰਦਾ। ਵੇਖੋ ਮੇਰਾ ਮਾਡਲ ਸਾਰੇ ਪੰਜਾਬ ਦਾ ਹੈ, ਕੋਈ ਲਾਗੂ ਕਰੇ, ਲੇਕਿਨ ਮੈਂ ਕਾਂਗਰਸ ਨੂੰ ਦੇ ਚੁੱਕਿਆ। ਫੇਸਬੁੱਕ ਤੇ ਪਾਤਾ ਸੀ ਤੁਸੀਂ? ਦੇਖੋ ਫੇਸਬੁੱਕ ਤੇ ਵੀ ਪਾ ਦਿਆਂਗੇ, ਫੇਸਬੁੱਕ ਤੇ ਵੀ ਪਹਿਲਾਂ ਨਹੀਂ ਪਾਇਆ ਹੋਇਆ, ਦੇਖ ਲਓ ਤੁਸੀਂ ਹਰ ਚੀਜ਼ ਪਾਈ ਹੋਈ ਹੈ, ਜੋਬਸ ਪਾਈਆਂ ਹੋਈਆਂ, ਅਰਬਨ ਇੰਪਲੋਇਮੈਂਟ ਸਕੀਮ ਪਾਈ ਹੋਈ ਹੈ, ਔਰਤਾਂ ਦੀ ਬਿਹਤਰੀ ਦੇ ਲਈ ਸਾਰਾ ਕੁਛ ਪਾਇਆ ਹੋਇਆ, ਮਾਫੀਆ ਨੂੰ ਕਿੱਦਾਂ ਮਾਰਨਾ ਹੈ, ਕਾਰਪੋਰੇਸ਼ਨਾਂ ਦੇ ਬਾਰੇ ਪਾਇਆ ਹੋਇਆ। ਸਰ ਤੁਹਾਡੀ ਇਨਕਮ ਜਿਹੜੀ ਸੀ ਲਗਾਤਾਰ ਘੱਟ ਰਹੀ ਸੀਗੀ, ਦੂਜੇ ਪਾਸੇ ਅੱਜ ਚੰਨੀ ਸਾਹਿਬ ਦੀ ਵੀ ਗਰੀਬੀ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ? ਵੇਖੋ ਮੇਰੀ ਇਨਕਮ ਦੇ ਬਾਰੇ ਮੈਂ ਦੱਸ ਸਕਦਾ ਕਿ ਮੈਂ ਸਾਲ ਦੇ ਵਿੱਚ 20 ਤੋਂ 30 ਕਰੋੜ ਰੁਪਈਆ ਕਮਾਉਂਦਾ ਸੀ। 19 ਕਦਮ ਬਣਦੇ ਹੀ ਬਣਦੇ ਸੀ, ਉਹਦੇ 'ਚ ਮੋਟੀਵੇਸ਼ਨਲ ਟਾਕ ਸੀ, ਉਹਦੇ 'ਚ ਸ਼ੋਅ ਸੀ, ਉਹਦੇ 'ਚ ਕਮੈਂਟਰੀ ਸੀ, ਉਹਦੇ 'ਚ ਬਹੁਤ ਕੁਛ ਸੀ, ਠੀਕ ਹੈ ਕਿ ਨਹੀਂ? ਲੇਕਿਨ ਅੱਜ ਮੇਰੇ ਕੋਲ 60-70 ਹਜ਼ਾਰ ਦੀ ਇਨਕਮ ਹੈ। 95 'ਚ ਅਸੀਂ ਸ਼ੋਅਰੂਮ ਲਿੱਤੇ ਸੀ, ਉੱਥੋਂ ਕਿਰਾਇਆ ਆਉਂਦਾ ਮਾੜਾ ਮੋਟਾ, ਉਹ ਵੀ ਕਦੇ ਆਉਂਦਾ ਕਦੇ ਨਹੀਂ ਆਉਂਦਾ, ਅਸੀਂ ਕਦੇ ਕਿਸੇ ਨੂੰ ਡਰਾਇਆ ਧਮਕਾਇਆ ਨਹੀਂ, ਮੇਰੀ ਵਾਈਫ ਉਹਦੇ ਨਾਲ ਹੀ ਗੁਜ਼ਾਰਾ ਕਰਦੀ, ਲੇਕਿਨ ਅਸੀਂ ਬੜੇ ਸੰਤੁਸ਼ਟ ਹਾਂ, ਅਸੀਂ ਬੜੇ ਖੁਸ਼ ਹਾਂ, ਅਸੀਂ ਕਿਸੇ 'ਤੇ ਅਹਿਸਾਨ ਨਹੀਂ ਕਰ ਰਹੇ। ਪਰ ਬੱਚੇ ਨਹੀਂ, ਅਸੀਂ ਬੱਚੇ ਨਹੀਂ ਜਿਹੜੇ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਸੀ, ਚਲੋ ਦੇਖੋ, ਚਲੋ ਕੋਈ ਗੱਲ ਨਹੀਂ, ਦੇਖੋ ਕੋਈ ਗੱਲ ਨਹੀਂ, ਲੇਕਿਨ ਅਸੀਂ ਬੜੇ ਖੁਸ਼ ਹਾਂ ਕਿਉਂਕਿ ਅਸੀਂ ਧਰਮ ਯੁੱਧ ਲੜ ਰਹੇ ਹਾਂ, ਰਾਸ਼ਟਰ ਧਰਮ ਦਾ ਯੁੱਧ ਲੜ ਰਹੇ ਹਾਂ, ਇਸ ਮਿੱਟੀ ਦਾ ਰਿਣ ਚੁਕਾਉਣ ਦੇ ਲਈ ਲੜ ਰਹੇ ਹਾਂ, ਅਸੀਂ ਉਸ ਭਾਵਨਾ ਨਾਲ ਲੜ ਰਹੇ ਹਾਂ ਜਿਹਨੇ ਜਿਹਦੀ ਪ੍ਰਕਾਸ਼ਠਾ ਨੇ ਸ਼ਹੀਦ ਆਦਮ ਭਗਤ ਸਿੰਘ ਬਣਾਇਆ। ਬਦਲੇ 'ਚ ਕੁਛ ਮੰਗਦਾ ਹੀ ਨਹੀਂ ਇਸ਼ਕ, ਸਾਨੂੰ ਤਾਂ ਇਸ਼ਕ ਹੈ ਵਤਨ। ਚੰਨੀ ਸਾਹਿਬ ਦੀ ਗਰੀਬੀ ਇਸ ਵੇਲੇ ਬਹੁਤ ਛਾਈ ਹੋਈ ਹੈ, ਸਾਰੇ ਲੋਕ ਕਹਿ ਰਹੇ ਉਹ ਤਾਂ ਬਹੁਤ ਅਮੀਰ ਨੇ ਜੈਸੇ। ਹਾਂਜੀ, ਇਹ ਫੈਸਲਾ ਸਹੀ ਹੈ ਰਾਹੁਲ ਜੀ ਦਾ ਲੱਗਦਾ ਤੁਹਾਨੂੰ? ਜੇ ਦੇਖੋ ਨਾ, ਮੈਂ ਇਹ ਟਿੱਪਣੀਆਂ ਕਰਨੀਆਂ ਨੇ ਇੱਕ ਧਰਮਸਥਲੀ ਦੇ ਉੱਤੇ ਖੜ ਕੇ, ਮੈਂ ਇਹੋ ਜਿਹੀਆਂ ਕੋਈ ਟਿੱਪਣੀਆਂ ਨਹੀਂ ਕਰਨੀ। ਚੰਨੀ ਮੇਰਾ ਛੋਟਾ ਭਾਈ ਹੈ ਔਰ ਉਹ ਆਪਣੇ ਜਵਾਬ ਖੁਦ ਦੇਣ ਜਾਣ। ਸਿੱਧੂ ਸਾਹਿਬ ਇੱਥੇ ਆ ਰਹੇ ਅੰਮ੍ਰਿਤਸਰ ਪ੍ਰਚਾਰ ਕਰਨ ਨੂੰ? ਚੰਨੀ ਸਾਹਿਬ ਕੋਈ ਬਣਿਆ ਪ੍ਰੋਗਰਾਮ? ਮੈਨੂੰ ਨਹੀਂ ਪਤਾ, ਅਗਰ ਮੈਨੂੰ ਕਹੇਗਾ ਤਾਂ ਜ਼ਰੂਰ ਕੋਈ ਪ੍ਰੋਗਰਾਮ ਬਣਾ ਦਿਆਂਗੇ ਜੀ। ਤੁਸੀਂ ਉਹ ਮੈਨੂੰ ਬੁਲਾਏਗਾ ਤਾਂ ਮੈਂ ਉਹਦੇ ਕੋਲ ਚਲਾ ਜਾਵਾਂਗਾ। ਸਰ ਤੁਸੀਂ ਪੰਜਾਬ 'ਚ ਕਦੋਂ ਜਾ ਰਹੇ? ਪੂਰੇ ਪੰਜਾਬ 'ਚ? ਮੈਨੂੰ ਜੋ ਪਾਰਟੀ ਹੁਕਮ ਲਾਏਗੀ, ਮੈਂ ਇੱਕ ਫੁੱਟ ਸੋਲਜਰ ਹੋਣ ਦੇ ਨਾਤੇ ਉਹ ਜ਼ਰੂਰ ਨਿਭਾਵਾਂਗਾ। ਜਿੰਨਾ ਕੁ ਮੇਰਾ ਦਾਇਰਾ ਹੈ ਮਿੱਤਰਾ, ਮੈਂ ਲੜਾਂਗਾ ਇਸ ਮਾਫੀਏ ਦੀ
मंजी ठोकांगा। और ये सवाल मैं कहना जंग पहला दी हो जा रही है, कदे रुकी नहीं। सिर्फ कल दे तुहाडे उत्ते जिहड़े अटैक तुहानूं लगदा तेज करदे जिवें अकाली दल ने भी होगे। मेरी गल नूं सुणो, इहदे बारे की इह अटैकां दा सिर्फ इन्ना ही प्रमाण आ वी मेरे तों डरदे आ। इन्हां दी टाएं टाएं फिश हुंदी आ, इह लगदा आओ सिद्धू ते बदलू, आओ सिद्धू ते साडी मंजी ठोकू। इहनां दी सरकार बणनी नहीं, इहनां दी ते ठुकणी ठुकणी आ। कैप्टन मैं तुहानूं अज कहा सी बेअदबी, मैं लागे खड़े हो के जांच करूंगा। बाकी रही तुहाडे, तुसीं हुण की कहणा चाहुंदे, तुहाडी वी सरकार। कैप्टन अमरिंदर सिंह वर्गा मुखौटेबाज आदमी मैं धरती से देखा है, एदू वड्डा बनावटी बंदा मैं देखा नहीं। जो है वो दिखता नहीं, जो दिखता सी वो है नहीं। इसे करके लत्ता मार के बाहर कढ़िया, इसे करके पनवती सी, इहदी संगत तो परे हो गई।